ਮੈਂ ਜਗਿੰਦਰ ਸਿੰਘ ਹੋਰ ਹਾਂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹ ਹਾਂ। 10 ਤਰੀਕ ਨੂੰ 12 ਤੋਂ ਲੈ ਕੇ 4 ਵਜੇ ਤੱਕ ਰੇਲ ਰੋਕੋ ਦਾ ਪ੍ਰੋਗਰਾਮ ਲਿਖਿਆ ਸੀ 4 ਜਥੇਬੰਦੀਆਂ ਵੱਲੋਂ, ਜਿਹਦੇ 'ਚ ਭਾਰਤੀ ਕਿਸਾਨ ਏਕਤਾ ਉਗਰਾਹ ਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਧਨੇਰ ਵਾਲੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਰਸ਼ਨਪਾਲ ਵਾਲੀ ਅਤੇ ਮਲੂਕ ਸਿੰਘ ਹੀਰਕੇ ਦੀ ਮਾਲਕਾ ਭਾਰਤੀ ਕਿਸਾਨ ਏਕਤਾ ਮਾਲਵਾ। ਇਹ 4 ਜਥੇਬੰਦੀਆਂ ਵੱਲੋਂ ਕੱਲ੍ਹ 12 ਤੋਂ ਲੈ ਕੇ 4 ਵਜੇ ਤੱਕ ਦਾ ਰੇਲ ਰੋਕੋ ਪ੍ਰੋਗਰਾਮ ਲਿਖਿਆ ਗਿਆ, ਜਿਹੜਾ ਦਿੱਲੀ ਆਪਣੇ ਸੰਬੂਧੀ ਬਾਰਡਰਾਂ 'ਤੇ ਜ਼ਬਰ ਕੀਤਾ ਸਰਕਾਰ ਨੇ, ਰਾਹ ਰੋਕੇ ਨੇ ਉਹਨਾਂ ਦੇ, ਗਾਂਹ ਨਹੀਂ ਜਾਣ ਦਿੱਲੀ ਨਹੀਂ ਜਾਣ ਦਿੱਤਾ, ਉਹਨੂੰ ਲੈ ਕੇ ਜਿਹੜੇ ਉੱਥੇ ਅੱਥਰੂ ਗੈਸ ਦੇ ਗੋਲੇ ਸਿੱਟੇ ਨੇ ਅਤੇ ਉਹਦੇ ਜ਼ਖਮੀ ਕੀਤੇ ਨੇ ਬੰਦੇ, ਉਹਨੂੰ ਲੈ ਕੇ ਜਿਹੜਾ ਸ਼ੁਭਕਰ ਨੂੰ ਸ਼ਹੀਦ ਕੀਤਾ ਉਹਦੇ ਰੋਸ ਵਜੋਂ, ਅਤੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗਾਂ ਨੇ ਉਹਨਾਂ ਦੇ ਸਮਰਥ, ਉਹ ਮੰਗਾਂ ਨੂੰ ਦੇ ਸੰਬੰਧ ਦੇ ਵਿੱਚ ਅਸੀਂ 4 ਘੰਟੇ ਦਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਰਸੋਂ ਨੂੰ, ਮਤਲਬ 10 ਤਰੀਕ ਨੂੰ। ਉਹਦੇ 'ਚ ਸਾਰੀਆਂ ਜਥੇਬੰਦੀਆਂ ਸ਼ਾਮਲ ਨੇ, ਹੋਰ ਵੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਜਿਹੜੀਆਂ ਸਾਡੇ ਇਸ ਤਾਲਮੇਲ ਦੇ ਐਕਸ਼ਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਵੀ ਜ਼ਰੂਰ ਹਿੱਸਾ ਪਾਉਣ। ਧੰਨਵਾਦ। ਮੈਂ ਜਗਿੰਦਰ ਸਿੰਘ ਹੋਰ ਹਾਂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹ ਹਾਂ। 10 ਤਰੀਕ ਨੂੰ 12 ਤੋਂ ਲੈ ਕੇ 4 ਵਜੇ ਤੱਕ ਰੇਲ ਰੋਕੋ ਦਾ ਪ੍ਰੋਗਰਾਮ ਲਿਖਿਆ ਸੀ 4 ਜਥੇਬੰਦੀਆਂ ਵੱਲੋਂ, ਜਿਹਦੇ 'ਚ ਭਾਰਤੀ ਕਿਸਾਨ ਏਕਤਾ ਉਗਰਾਹ ਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਧਨੇਰ ਵਾਲੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਰਸ਼ਨਪਾਲ ਵਾਲੀ ਅਤੇ ਮਲੂਕ ਸਿੰਘ ਹੀਰਕੇ ਦੀ ਮਾਲਕਾ ਭਾਰਤੀ ਕਿਸਾਨ ਏਕਤਾ ਮਾਲਵਾ। ਇਹ 4 ਜਥੇਬੰਦੀਆਂ ਵੱਲੋਂ ਕੱਲ੍ਹ 12 ਤੋਂ ਲੈ ਕੇ 4 ਵਜੇ ਤੱਕ ਦਾ ਰੇਲ ਰੋਕੋ ਪ੍ਰੋਗਰਾਮ ਲਿਖਿਆ ਗਿਆ, ਜਿਹੜਾ ਦਿੱਲੀ ਆਪਣੇ ਸੰਬੂਧੀ ਬਾਰਡਰਾਂ 'ਤੇ ਜ਼ਬਰ ਕੀਤਾ ਸਰਕਾਰ ਨੇ, ਰਾਹ ਰੋਕੇ ਨੇ ਉਹਨਾਂ ਦੇ, ਗਾਂਹ ਨਹੀਂ ਜਾਣ ਦਿੱਲੀ ਨਹੀਂ ਜਾਣ ਦਿੱਤਾ, ਉਹਨੂੰ ਲੈ ਕੇ ਜਿਹੜੇ ਉੱਥੇ ਅੱਥਰੂ ਗੈਸ ਦੇ ਗੋਲੇ ਸਿੱਟੇ ਨੇ ਅਤੇ ਉਹਦੇ ਜ਼ਖਮੀ ਕੀਤੇ ਨੇ ਬੰਦੇ, ਉਹਨੂੰ ਲੈ ਕੇ ਜਿਹੜਾ ਸ਼ੁਭਕਰ ਨੂੰ ਸ਼ਹੀਦ ਕੀਤਾ ਉਹਦੇ ਰੋਸ ਵਜੋਂ, ਅਤੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗਾਂ ਨੇ ਉਹਨਾਂ ਦੇ ਸਮਰਥ, ਉਹ ਮੰਗਾਂ ਨੂੰ ਦੇ ਸੰਬੰਧ ਦੇ ਵਿੱਚ ਅਸੀਂ 4 ਘੰਟੇ ਦਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਰਸੋਂ ਨੂੰ, ਮਤਲਬ 10 ਤਰੀਕ ਨੂੰ। ਉਹਦੇ 'ਚ ਸਾਰੀਆਂ ਜਥੇਬੰਦੀਆਂ ਸ਼ਾਮਲ ਨੇ, ਹੋਰ ਵੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਜਿਹੜੀਆਂ ਸਾਡੇ ਇਸ ਤਾਲਮੇਲ ਦੇ ਐਕਸ਼ਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਵੀ ਜ਼ਰੂਰ ਹਿੱਸਾ ਪਾਉਣ। ਧੰਨਵਾਦ। ਮੈਂ ਜਗਿੰਦਰ ਸਿੰਘ ਹੋਰ ਹਾਂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹ ਹਾਂ। 10 ਤਰੀਕ ਨੂੰ 12 ਤੋਂ ਲੈ ਕੇ 4 ਵਜੇ ਤੱਕ ਰੇਲ ਰੋਕੋ ਦਾ ਪ੍ਰੋਗਰਾਮ ਲਿਖਿਆ ਸੀ 4 ਜਥੇਬੰਦੀਆਂ ਵੱਲੋਂ, ਜਿਹਦੇ 'ਚ ਭਾਰਤੀ ਕਿਸਾਨ ਏਕਤਾ ਉਗਰਾਹ ਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਧਨੇਰ ਵਾਲੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਰਸ਼ਨਪਾਲ ਵਾਲੀ ਅਤੇ ਮਲੂਕ ਸਿੰਘ ਹੀਰਕੇ ਦੀ ਮਾਲਕਾ ਭਾਰਤੀ ਕਿਸਾਨ ਏਕਤਾ ਮਾਲਵਾ। ਇਹ 4 ਜਥੇਬੰਦੀਆਂ ਵੱਲੋਂ ਕੱਲ੍ਹ 12 ਤੋਂ ਲੈ ਕੇ 4 ਵਜੇ ਤੱਕ ਦਾ ਰੇਲ ਰੋਕੋ ਪ੍ਰੋਗਰਾਮ ਲਿਖਿਆ ਗਿਆ, ਜਿਹੜਾ ਦਿੱਲੀ ਆਪਣੇ ਸੰਬੂਧੀ ਬਾਰਡਰਾਂ 'ਤੇ ਜ਼ਬਰ ਕੀਤਾ ਸਰਕਾਰ ਨੇ, ਰਾਹ ਰੋਕੇ ਨੇ ਉਹਨਾਂ ਦੇ, ਗਾਂਹ ਨਹੀਂ ਜਾਣ ਦਿੱਲੀ ਨਹੀਂ ਜਾਣ ਦਿੱਤਾ, ਉਹਨੂੰ ਲੈ ਕੇ ਜਿਹੜੇ ਉੱਥੇ ਅੱਥਰੂ ਗੈਸ ਦੇ ਗੋਲੇ ਸਿੱਟੇ ਨੇ ਅਤੇ ਉਹਦੇ ਜ਼ਖਮੀ ਕੀਤੇ ਨੇ ਬੰਦੇ, ਉਹਨੂੰ ਲੈ ਕੇ ਜਿਹੜਾ ਸ਼ੁਭਕਰ ਨੂੰ ਸ਼ਹੀਦ ਕੀਤਾ ਉਹਦੇ ਰੋਸ ਵਜੋਂ, ਅਤੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਮੰਗਾਂ ਨੇ ਉਹਨਾਂ ਦੇ ਸਮਰਥ, ਉਹ ਮੰਗਾਂ ਨੂੰ ਦੇ ਸੰਬੰਧ ਦੇ ਵਿੱਚ ਅਸੀਂ 4 ਘੰਟੇ ਦਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਰਸੋਂ ਨੂੰ, ਮਤਲਬ 10 ਤਰੀਕ ਨੂੰ। ਉਹਦੇ 'ਚ ਸਾਰੀਆਂ ਜਥੇਬੰਦੀਆਂ ਸ਼ਾਮਲ ਨੇ, ਹੋਰ ਵੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਜਿਹੜੀਆਂ ਸਾਡੇ ਇਸ ਤਾਲਮੇਲ ਦੇ ਐਕਸ਼ਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੀਆਂ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਵੀ ਜ਼ਰੂਰ ਹਿੱਸਾ ਪਾਉਣ। ਧੰਨਵਾਦ।